जीवन की गल हुई है, तो सफाई सफुई नहीं करनी अजे? को गल भी दसेंगे मैं करी जान दी है। गल कदी दसा, मेरा तो दिल ही नहीं लगता। किन्नी चंगी ही ना कुड़ी, ते मैनूं समझ ही नहीं आई मैं किन्ना टाइम लाता उहनूं समझण विच। ओ चल कोई गल नहीं, हुण की हो गया वा है? पर फिर भी जिहड़े दिन लंघ गए वापस ते नहीं ना आउणे। ओ चल हुण तूं अपनी गलती माननी है ना। सही गल वा, हुण समझ आई है मैनूं भी मैं किन्ना माड़ा करदी रही आं विचारी दे नाल, ते उहने ते चंगा ही सोचा ने घर बारे। अरे जीवन गल एक आ, जदों इंसान कोल हुंदा वा ना उदों दी गर्मी तां पता नहीं लगदा, जदों दूर चल जांदा ना फिर पता लगदा। ਮੈਨੂੰ ਵੀ ਹੁਣੀ ਸਮਝ ਆਈ ਆ ਵੀ ਮੈਂ ਕਿੰਨਾ ਕੁਛ ਕਰਦੀ ਰਹੀ ਇਹਦੀ ਵਿਚਾਰੀ ਦੇ ਨਾਲ, ਨਾ ਉਹਨੂੰ ਮੈਂ ਪੜ੍ਹਨ ਦਿੰਦੀ ਸੀ, ਨਾ ਕਿਤੇ ਨੌਕਰੀ 'ਤੇ ਲੱਗਣ ਦਿੰਦੀ ਸੀਗੀ। ਉਹ ਸੋਚ ਸੋਚ ਕੇ ਨਾ ਹੁਣ ਮੈਨੂੰ ਬੜਾ ਹੀ ਦੁੱਖ ਹੁੰਦਾ ਵਾ। ਉਹ ਚੱਲ ਤਾਂ ਵੀ ਚੰਗਾ ਵਾ, ਤੇਰਾ ਤਾਂ ਹੁਣ ਦਿਮਾਗ ਟਿਕਾਣੇ ਆ ਗਿਆ ਵਾ, ਠੀਕ ਨਹੀਂ? ਤੇ ਹੁਣ ਮੇਰੇ ਨਾਲ ਆਪਣੇ ਨਾਲ ਉਹ ਸਭ ਕੁਛ ਹੋਣ ਡਿਆ, ਹੁਣ ਮੇਰੀ ਧੀ ਨਾਲ ਸਭ ਕੁਛ ਹੋਣ ਡਿਆ ਵਾ ਨਾ, ਹੁਣ ਮੈਨੂੰ ਸਮਝ ਆਉਂਦੀ ਹੈ ਕਿ ਉਹਦੇ ਮਾਂ ਪਿਓ ਕਿੰਨੇ ਦੁਖੀ ਹੋਣਗੇ। ਉਹ ਚੱਲ ਕੋਈ ਨਾ, ਹੁਣ ਉਹਦਾ ਵੀ ਵੇਖ ਨੇ ਸੋਚ ਨੇ ਕੋ ਨਾ ਕੋ ਕਰਦੇ ਆ। ਛੇਤੀ ਕਰੋ, ਮੈਨੂੰ ਤਾਂ ਬੜੀ ਟੈਨਸ਼ਨ ਰਹਿੰਦੀ ਆ, ਕਿੱਦਾਂ ਵੀ ਕਰਕੇ ਨਾ ਉਹਨੂੰ ਉਹਦੇ ਘਰ ਘੱਲ ਦਿਓ ਬਸ। ਕੀਤੀ ਤੇ ਹੈਗੀ ਇੱਕ ਦੋਵਾਂ ਬੰਦਿਆਂ ਨਾਲ ਗੱਲ, ਤੇ ਹੁਣ ਹੌਸਲੇ ਨੇ ਕੰਮ ਹੋਣਾ, ਏਡੀ ਛੇਤੀ ਕੋਈ ਨੀ ਕਹਿਣਾ। ਚਲੋ ਜਿੱਦਾਂ ਵੀ ਆ ਨਾ, ਛੇਤੀ ਕਰੋ ਤੁਸੀਂ। ਕੋਈ ਨੀ ਕੋਈ ਨੀ, ਕਰ ਲੈਂਦੇ, ਉਹ ਕੰਮ ਹੀ ਹੋਣਾ ਹੈਨਾ। गल की होनी है, 3 महीने हो गए खलोते पैर ही रहे हैं। ਤੇ ਫਿਰ ਕੀ ਇੱਥੇ ਕੰਮ ਕਰਨ ਵਾਸਤੇ ਆਈ, ਤੇ ਕੰਮ ਹੀ ਕਰਨਾ ਆ ਯਾਰ? ਨਵ ਮੇਰਾ ਤਾਂ ਜੀ ਕਹਿੰਦਾ ਪਿੰਡ ਚੱਲ ਜੀ। ਯਾਰ ਜਦੋਂ ਪਿੰਡ ਸੀ ਉਦੋਂ ਤੁਸੀਂ ਕਹਿੰਦੇ ਸੀ ਕਿ ਬਾਹਰ ਚੱਲੀਏ, ਤੇ ਜੇ ਹੁਣ ਬਾਹਰ ਆ ਗਏ ਆ ਤੂੰ ਹੁਣ ਕਹਿੰਦੇ ਪਿੰਡ ਚੱਲੀਏ? ਯਾਰ ਸਾਰਾ ਦਿਨ ਖਲੋ ਕੇ ਲੰਘ ਜਾਂਦਾ ਵਾ, ਇਹ ਵੀ ਯਾਰ ਇੱਥੇ ਇੱਦਾਂ ਹੀ ਆ, ਹੁਣ ਕੰਮ ਤੇ ਕਰਨਾ ਹੀ ਪੈਣਾ, ਕੰਮ ਕਰਨ ਵਾਸਤੇ ਤੇ ਆਏ ਆ। ਪਿੰਦਰ ਵੇਖੋ ਇੱਕ ਤੁਸੀਂ ਤੇ ਮੇਰੀ ਹਿੰਮਤ, ਜੇ ਤੁਸੀਂ ਵੀ ਇੱਦਾਂ ਕਰਨ ਲੱਗ ਪਏ ਤੇ ਮੇਰੇ ਕੋਲ ਕੌਣ ਵਾ ਹੋਰ? ਕਰਾਂਗੇ ਤੇ ਕੀ ਫਾਇਦਾ ਸਾਡਾ ਇੱਥੇ ਆਉਣ ਦਾ? ਅਸੀਂ ਹੁਣ ਏਦਾਂ ਕਰੀਏ ਕਿ ਸਾਨੂੰ ਦਿਲ ਨੀਗਾ ਛੱਡਣਾ ਚਾਹੀਦਾ, ਠੀਕ ਆ ਨਾ? ਸਾਨੂੰ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਕੰਮ ਕਰਨਾ ਚਾਹੀਦਾ ਆ, ਨਾਲ 4 ਪੈਸੇ ਕਮਾਵਾਂਗੇ, ਘਰ ਜਾ ਕੇ ਦੱਸਾਂਗੇ ਕਿ ਕੁਛ ਕਰਕੇ ਆਏ ਆ ਆਪਾਂ, ਤੇ ਜੇ ਇੱਥੇ ਕੁਛ ਬੈਠੇ ਰਹੇ ਆਪਾਂ ਕੁਛ ਕੀਤਾ ਹੀ ਨਾ ਤੇ ਕੀ ਫਾਇਦਾ ਸਾਡਾ ਇੱਥੇ ਆਉਣ ਦਾ, ਹਨਾ? ਨਾਵੇ ਇੱਕ ਗੱਲ ਦਾ ਮੈਂ ਹਿਸਾਬ ਲਾਇਆ। ਹਾਂਜੀ। ਕਿ ਤੂੰ ਕਦੀ ਸ਼ਿਕਾਇਤ ਨਹੀਂ ਉਹ ਕੀਤੀ ਕੰਮ ਤੋਂ? ਪਿੰਦਰ ਮੈਂ ਸ਼ਿਕਾਇਤ ਕਿੱਦਾਂ ਕਰਦੀ, ਮੈਂ ਤੇ ਪਿੰਡ ਵੀ ਮੌਕਾ ਭਾਲਦੀ ਸੀ ਕਿ ਮੈਨੂੰ ਕੰਮ ਕਰਨਾ ਪਵੇ, ਠੀਕ ਆ ਨਾ? ਤੇ ਮੈਨੂੰ ਉਹ ਵਾਲਾ ਮੌਕਾ ਇੱਥੇ ਮਿਲ ਗਿਆ ਆਣ ਕੇ, ਮੈਂ ਤਾਂ ਨਹੀਂ ਥੱਕਦੀ ਕੰਮ ਤੇ। ਚੱਲ ਠੀਕ ਆ, ਤੇਰੇ ਹੌਸਲੇ ਨਾਲ ਫਿਰ ਮੈਂ ਰਹੀ ਜਾਣਾ ਇੱਥੇ। ਨਹੀਂ ਪਿੰਦਰ, ਵੱਧ ਤੋਂ ਵੱਧ ਕੰਮ ਕਰਿਆ ਕਰੋ, ਠੀਕ ਆ ਨਾ? ਜਿਹੜੇ ਪਿੰਡ ਮਾਂ ਪਿਓ ਨੂੰ ਛੱਡ ਕੇ ਆਏ ਆ ਉਹਨਾਂ ਨੂੰ ਵੀ ਸਾਡੇ ਤੇ ਕਈ ਉਮੀਦਾਂ ਨੇ। ਨਹੀਂ ਤੇ ਅੱਜ ਮੈਂ ਬੜਾ ਆਖਿਆ, ਮੇਰਾ ਇਰਾਦਾ ਮੈਂ ਪਿੰਡ ਹੀ ਚੱਲਦਾ। ਨਹੀਂ ਯਾਰ ਇੱਦਾਂ ਨਾ ਕਰਿਆ ਕਰੋ। ਪਿੰਦਰ ਆਪਾਂ ਇੱਕ ਕੰਮ ਕਰਨੇ ਆ, ਪਿੰਡ ਫੋਨ ਲਾਉਂਦੇ ਆ। ਚੱਲ ਵੇਖ ਲਾ ਫਿਰ ਲਾ ਕੇ। ਲਓ ਫੋਨ ਫੜੋ, ਐਵੇਂ ਸੈਡ ਨਾ ਹੋਇਆ ਕਰੋ ਇੱਦਾਂ। ਹੈਲੋ। ਹੈਲੋ ਮੰਮੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਕੀ ਹਾਲ ਆ? ਹਾਂਜੀ ਠੀਕ ਠਾਕ ਆ, ਤੁਸੀਂ ਸੁਣਾਓ ਆਪਣੀ? ਮੈਂ ਵੀ ਠੀਕ ਆ। ਤੇ ਪੁੱਤ ਫਿਰ ਢਿੱਲਾ ਢਿੱਲਾ ਲੱਗਣ ਨੇ, ਕੀ ਗੱਲ ਵਾ? ਢਿੱਲਾ ਮੰਮੀ ਕੋਹ ਵੀ ਨਹੀਂ, ਕੰਮ ਕਾਰ ਕਰ ਥੱਕ ਜਾਈਦਾ ਵਾ। ਚੱਲ ਪੁੱਤ ਆਪਣਾ ਖਿਆਲ ਰੱਖਿਆ ਕਰੋ ਨਾ। ਆ ਹੁਣੇ ਆਏ ਸੀ ਕੰਮ ਤੋਂ ਤੇ ਮੈਂ ਕਿਹਾ ਚੱਲ ਫੋਨ ਲਾ ਲੈਂਦੇ ਹਾਂ। ਅੱਛਾ ਅੱਛਾ, ਚੱਲ ਵਧੀਆ ਕੀਤਾ। ਹੋਰ ਸੁਣਾਓ, ਠੀਕ ਠਾਕ ਸਾਰੇ? ਹਾਂਜੀ ਨਹੀਂ ਓਦਾਂ ਤੇ ਠੀਕ ਠਾਕ ਆ, ਓਦਾਂ ਫਿਰ ਤੁਹਾਨੂੰ ਪਤਾ ਥੱਕ ਜਾਈਦਾ ਜੂੰ ਸਵੇਰ ਤੋਂ ਜਾਈਦਾ। ਹਾਂ ਇਹ ਤੇ ਗੱਲ ਪੁੱਤ ਹੈਗੀ ਆ। ਫਿਰ ਪੁੱਤ ਪਿਓ ਤੇਰਾ ਵੀ ਨਾ ਬੜੀ ਫਿਕਰ ਕਰਦਾ ਤੇਰੀ, ਤੇ ਡੱਟੀ ਲਾ ਜਾ ਨਾ, ਮੈਂ ਕਰ ਦਿੰਦਾ। ਠੀਕ ਆ ਮੰਮੀ, ਓਦਾਂ ਠੀਕ ਠਾਕ ਆ ਡੈਡੀ? ਆਹੋ ਠੀਕ ਆ।
हाँ जी ठीक ठाक है वधिया वा लम्मे पे ही तो मैं चल फोन ला लेने हुणे आए काम तो पुत मेरी गल सुन हाँ जी ओ मम्मी फिर जाना पैंदा तुहानू पता जिथे लगे आ हुण ए ते गल पुत ठीक वा पर साफ ना कर लिया करना वेख की हाल बनाया तू अपना ओ आहो ते तुहाडी गल ठीक आ पर ओ फिर छुट्टियां करिए ते फिर ओ कढ दिंदे आ ना काम तो तुहानू पता काम वी बड़ा औखा लभदा इत्थे चल पुत अपना ख्याल रख्या करो हैं हां जी एदा फिर हाडा वी ध्यान रहिंदा वा ओ आहो ते गल ठीक आ तुहाडी ते ओ सुना फिर पिंदर किथे आ हां जी आ लग गई आ कर लो गल अच्छा शरण बस वधिया अपना भी की बनन दिया कुछ नहीं बनना की तुसी सुनाओ किदा काम ते जिते घरे नहीं नहीं घरे आ शिफ्ट लाए आ ਹੁਣ ਤੇ ਫ੍ਰੀ ਵੇ ਲੰਮੇ ਪਏ ਸੀ ਤੇ ਅਖੰਦ ਹੀ ਫੋਨ ਲਾਉਂਦੇ ਆ ਪਿੰਡ ਠੀਕ ਹੈ ਠੀਕ ਹੈ ਹੋਰ ਵੀਰ ਜੀ ਠੀਕ ਨੇ ਹਾਂਜੀ ਉਹ ਵੀ ਠੀਕ ਠਾਕ ਨੇ ਦੇ ਰੈਸਟ ਕਰਨਾ ਦਿਲ ਨੂੰ ਲੱਗ ਗਿਆ ਨਾ ਹੁਣ ਦਿਲ ਲਾਉਣਾ ਹੀ ਪੈਣਾ ਕੀ ਕਰਨਾ ਹਾਂਜੀ ਇਹ ਤੇ ਹੈ ਲਾਉਣਾ ਤਾਂ ਪੈਣਾ ਹੀ ਆ ਹੋਰ ਤੁਸੀਂ ਦੱਸੋ ਕਿਦਾਂ ਠੀਕ ਠਾਕ ਹਾਂਜੀ ਵਧੀਆ ਤੁਸੀਂ ਸੁਣਾਓ ਸਭ ਵਧੀਆ ਨਾ ਹਾਂਜੀ ਉਹ ਡੈਡੀ ਬੜਾ ਤੁਹਾਨੂੰ ਯਾਦ ਕਰ ਲਿਆ ਕਿ ਫੋਨ ਨਹੀਂ ਆਇਆ ਅੱਜ शरण दा किदां मैं इहो पुछना वी मुक्का काम नहीं अजे ਮੈਂ ਛੇਤੀ ਨਾਲ ਮੁਕਾ ਲੈਂਦੇ ਤੇ ਗਾਂ ਪਾਸਪੋਰਟ ਬਣਾਉਂਦੇ ਤੇ ਤੁਹਾਨੂੰ ਹੀ ਸਾਦੇ ਇੱਥੇ ਉਹ ਡੈਡੀ ਜੀ ਕੰਮ ਧੰਦਾ ਸਾਰਾ ਕੁਝ ਸੈੱਟ ਹੀ ਆ ਇਹ ਆ ਵੀ ਉਹ ਜੁਬ ਨੇ ਵੀ ਆ ਜਾਣਾ ਉਹਦਾ ਕੰਮ ਬਣ ਡਿਆ ਵਾ ਤੇ ਇਹ ਆ ਵੀ ਮੈਂ ਚਲੋ ਤੁਸੀਂ ਵੀ ਆ ਜਾਂਦੇ ਮਗਰ ਚਲੋ ਘੁੰਮ ਫਿਰ ਜਾਂਦੇ ਚਲੋ ਵੇਖ ਲਓ ਆ ਨਿਬੇੜ ਲਓ ਫਿਰ ਵੇਖ ਲਾਂਗੇ ਸੋਚ ਲੈਂਦੇ ਤੁਹਾਡਾ ਵੀ हां जी वो तो है ही आ हां जी चलो ठीक है फिर आई कर लिए रेस्ट है चलो ठीक चल ना वो पई यार लम्मी ये अभी हम मन हल्का हो गया फोन करके है ओए जदे मन उदास हुंदा हुंदा ना ते पिंड फोन ला लिया करो सवेरे फिर जाना काम ते हुन कर बत्तियां बंद से सोई चलो करिए रेस्ट चल गल बात करके ना थोड़ा हौसला जा हो जाता मन में मम्मी की कहते ठीक रहे ना हाँ ठीक है पुत लवली मैंने थोड़ा जा ढिला जा लगन दिया हीगा ओ चल कोई गल नहीं काम उते भरा वाला हुंदा वा ये तो गल हैगी आ थक्या थक्या जा लगन दिया बेचारा ओदे मुंह वेख के ना मैंने होतरा ही होया वा सगो काम तो आई होने ना हुन कर सही गल है पुत तो बाकी तो ही ना टेंशन टूंशन ना लिया करो तो ही बड़ा सोच दी जी नहीं नहीं टेंशन लेंदी मैं मेरे सगो गल करके ना सुकून जा मिल जाता वा ਤੇ ਹੁਣ ਵੀਡੀਓ ਕਾਲ ਕੀਤੀ ਹੀਗੀ ਤੇ ਚਲ ਵੇਖ ਲਿਆ ਸਾਰਿਆਂ ਨੂੰ ਹਾਂਜੀ ਫੋਨ ਤੇ ਬੜੀ ਖੁਸ਼ੀ ਹੋਈ ਨਾ ਰੋਜ ਹਾਂ ਇਹ ਗੱਲ ਹੈਗੀ ਆ ਪੁੱਤ ਮੰਮੀ ਮੈਂ ਚਾਹ ਬਣਾ ਕੇ ਲਿਆਉਣੀ ਤੁਸੀਂ ਬਹੁ ਜਾਂ ਲੈ ਆ ਮੇਰਾ ਪੁੱਤ ਤੁਸੀਂ ਮੈਨੂੰ ਦੱਸੋ ਅੱਗੇ ਬਣਿਆ ਵਾ ਕੁਛ ਉਹ ਕੀਤੀ ਤੇ ਅੱਗੇ ਇੱਕ ਦੋਵਾਂ ਬੰਦਿਆਂ ਨਾਲ ਗੱਲ ਅੱਛਾ ਤੇ ਹੁਣ ਮੰਨੂ ਆ ਥੋੜੇ ਜਿਹੇ ਅੱਛਾ ਠੀਕ ਆ ਫਿਰ ਆਹੋ ਚਲ ਆ ਤੇ ਬੜੀ ਵਧੀਆ ਗੱਲ ਵਾ ਤੇ ਫਿਰ ਲੈ ਜਾਣਗੇ ਸਾਡੀ ਸ਼ਰਨ ਨੂੰ ਉਹ ਲੈਣਗੇ ਚਲ ਆ ਤੇ ਨਾ ਬੜਾ ਹੀ ਵਧੀਆ ਵਾ ਚਲ ਆਪਣੇ ਘਰ ਚਲ ਜੂਗੀ ਨਾ ਮਿਲਦੀ ਤੇ ਸਾਡੀ ਟੈਨਸ਼ਨ ਮੁੱਕ ਜੂਗੀ ਉਹ ਦੱਸਾਂ ਗੱਲ ਕੀ ਆ ਤੀਆਂ ਭੈਣ ਆਪਣੇ ਘਰੇ ਚੰਗੀਆਂ ਲੱਗਦੀਆਂ ਸਹੀ ਗੱਲ ਠੀਕ ਨਹੀਂ ਆਹੋ ਤੇ ਕੋਈ ਨਹੀਂ ਕਿਹਾ ਇੱਕ ਦੋ ਕਹਿੰਦੇ ਹੋ ਜੂ ਕੰਮ ਤੂੰ ਬਹੁਤੀ ਟੈਨਸ਼ਨ ਨਾ ਮੁੱਕ ਜਾਣੀ ਗੱਲ
चलो वधिया वा न्याणे बेचारे भी ना बारो रोज ही फोन कर कर पुछते हैं की बनिया वा चल उन्होंने पता लग जूगा तो भी खुश हो जाएंगे चलो फिक्र होंदा ही आ ते हाडी भी टेंशन मुक जूगी है ना बिल्कुल बिल्कुल बाहर काम ही थोड़ा जा मम्मी बस ऐसा घर काम करके नहीं आई कहती मिलना मैं चल फिर मेरे आ गए मैं भी ठीक हां पुत्त ते नव दा की हाल आ अच्छा कुछ नहीं पुत बैठे ही भैन आई है तेरी चल आ वधिया हो गया कठे चल जांदे हो गए हैं अच्छा अच्छा ठीक है ले गल कर ला अपनी भैन नाल सताल वीर जी हां जी वधिया तुसी सुनाओ हां जी ठीक ठाक आ जी काम दे अच्छा अच्छा वधिया ते होर मम्मी हुणा नु लै जाओ छेती नाल ही हां जी ओ पहला मैं जो बन्नो लै जी हां जी हां जी क्योंकि इन्ना दा भी दिल नहीं लगदा हुण ताडे तो बगैर ना कोई रहना इकोनॉमी नहीं है बस विच चल आ कर ला अपने भाजी नाल गल होर भाई सत्सकाल होर पिंदर किदां की हाल है चल ठीक है पिंदर मेरे फोन से फोन करिए बाद में करेंगे गल है चल कोई नहीं कर ला तू काम करांगे बाद में फिर चंगा चलो पुत बैठो तो मैं चाह बना लिया है चंगा फिर डैडी जी हम चल जिता तो ही जाना पड़ेगा शहर मेरी गल सुनो प्रसादा खा के जाए यार जो मर्जी बना ला चलो ठीक है कोई नी बना लेनी है मैं एक गल है जीवन हुण सारा फिकर मुक गया वा अपने बच्चे सारे सेट हो गए हुण किस गल दी चिंता नहीं ठीक नहीं सही गल है मनजिंदर मैनूं ते आप बड़ी खुशी है अज कुड़ी आई ही ना ते वेख के बड़ा ही मन खुश होया वा धीआं अपने घर चंगीआं लगदीआं वा ओहो ते गल है ना कोई गलतीआं साडीआं वी आ गईआं जीवन नहीं नहीं ज्यादा मैं ही गलत हैगी ओहो ही गल है ना
ਜੇ ਮੈਂ ਸਹੀ ਹੁੰਦੀ ਨਾ ਇੱਥੋਂ ਤੱਕ ਨੌਬਤ ਨਾ ਹੀ ਪਹੁੰਚਦੀ। ਮਨਜਿੰਦਰ ਇੱਕ ਗੱਲ ਵਾ, ਮੈਂ ਵੀ ਆਪਣੀ ਨੌਂ 'ਤੇ ਬੜੀਆਂ ਪਾਬੰਦੀਆਂ ਲਾਈਆਂ। ਸਾਡੀ ਕੁੜੀ ਕਾਬਲ ਸੀਗੀ ਹੈ ਨਾ, ਸਾਰੇ ਕੰਮ ਕਰ ਸਕਦੀ ਸੀਗੀ। ਜਦੋਂ ਧੀ ਪੁੱਤ ਕਾਬਲ ਹੋਵੇ ਨਾ ਉਹਨੂੰ ਮੌਕਾ ਦੇਣਾ ਚਾਹੀਦਾ ਵਾ, ਪਾਬੰਦੀਆਂ ਨਹੀਂ ਲਾਉਣੀਆਂ ਚਾਹੀਦੀਆਂ। ਮੇਰੇ ਕੋਲ ਬੜੀਆਂ ਹੀ ਗਲਤੀਆਂ ਹੋ ਗਈਆਂ, ਪਰ ਮੈਂ ਗਾਂਹ ਤੋਂ ਇਹ ਕਹਿੰਦੀ ਹਾਂ ਕਿ ਧੀ ਪੁੱਤ ਕਾਬਲ ਹੋਵੇ ਨਾ ਉਹਨੂੰ ਮੌਕਾ ਜ਼ਰੂਰ ਦਿਓ ਜ਼ਿੰਦਗੀ 'ਚ। ਕਿਸੇ ਵੀ ਸੱਸ ਨੂੰ ਇੰਨਾ ਗਲਤ ਨਹੀਂ ਸੋਚਣਾ ਚਾਹੀਦਾ ਹੈ ਨਾ, ਧੀ ਪੁੱਤ ਨੂੰ ਮੌਕਾ ਦੇਣਾ ਚਾਹੀਦਾ ਵਾ। ਵੈਰੀ ਗੁੱਡ।